हाँ जी, सुनाओ बुजुर्गो, की हाल चाल ने? बड़ा वधिया जी। ते की नाम है अपना भला? सेवा सिंह। ते अपने बुजुर्गों का की नाम सी? बलवंत सिंह। बलवंत सिंह। ते दादाई दा? लैणा सिंह। लैणा सिंह, बहुत वधिया जी। ए केड़ी जगह जिथे आपां बैठे हां? असीं इत्थे डबरी। डबरी, ए करनाल तो किन्ना कु दूर पैंदा भला? करनाल ते तोड़ी आ गया तो 5 किलोमीटर पैंदा इत्थों। पहला 5 किलोमीटर सी जदों शहर पुराना हुंदा सी? पुराना सी। ठीक है, चलो बहुत वधिया हो गया। तो अपना जन्म केड़ी जगह का है? बदोरते का। बदोरता पिंड हो गया पाकिस्तान च? हाँ जी, हाँ जी। हाँ अच्छा, ये केड़े केड़े पिंड सन तुहाडे आल दुआले? लांदी साइड ते मत्था सी। हाँ जी। ते नाल तो गुरबोला सी, उदो दो तीन चार को दूर सी। ठीक है। ते एक पाखर दा चक नाल सी, उत्थे मेला लगदा हुंदा सी मल्लड़ शाह दा। ठीक है। ते अगे फिर इधर आ जाते सर मंगो के, नाल मंगो के दो को सन सा तो। अच्छा जी। नाल सुपरा सन साडे परले पासे सही सन। ते अगे आ जाता सी खान, मुसलमाना दा पिंड सी, मुसलमाना छोटा जिहा। ठीक है। नाल इधर बटम आ जाते सन। ठीक। मट्टू इधर नाल, उस अगे अइया आ जाता सी। ठीक है। अगे गदा गदा वाला आ जाता सी। ठीक ठीक। उधर पिछे हटदे हटदे नाल माड़ी सी। ठीक है। ते अपना थाना केड़ा लगदा सी? नशौरा विरका। नशौरा विरका। ते जिला? जिला गुजरां वाला। जिला गुजरां वाला, बहुत वधिया जी। ए जिहड़ा बदुरता पिंड सी भला, ए किड्डा वड्डा पिंड सी? ए वाह पिंड सी, जिवें आ हुण तुहाडे इत्थे काशवा वड्डा पिंड सी। जिवें काशवा एवें वड्डा पिंड सी, मतलब है सी उदों कोई 200-400 घर उत्थे कि ज्यादा सी? इन्ना ते है सी। इन्ना है सी। किन्नियां पत्तियां किन्नियां हन? पत्तियां सन त्रै, ते इक पत्ती इन्हां दी वखरी सी। ਕਿੰਨਾ ਦੀ ਪਲਾ? ਜਿਹੜਾ ਇੱਕ ਵਿੱਚ ਸਾਡੇ ਚ ਮੁਸਲਮਾਨ ਹੋ ਗਿਆ ਸੀ। ਇੱਕ ਮੁਸਲਮਾਨ ਹੋ ਗਿਆ ਸੀ, ਉਹਦਾ ਕੀ ਨਾਂ ਸੀ? ਉਹਦਾ ਨਾਂ ਸੀ, ਹੁਣ ਤੇ ਉਬਰਦੀਨ ਸੀ। ਉਹ ਉਸ ਪੱਤੀ ਦਾ ਜਿਹੜਾ ਲੰਬੜਦਾਰ ਸੀ? ਲੰਬੜਦਾਰ। ਠੀਕ ਹੈ। ਤੇ ਪਹਿਲੋਂ ਜਿੱਥੋਂ ਸਾਡਾ ਪਿੰਡ ਬੱਝਾ ਸੀ, ਹਾਂਜੀ, ਉਦੋਂ ਦੋ ਭਰਾ ਸਨ। ਠੀਕ ਹੈ। ਇੱਕ ਦਾ ਨਾਂ ਸੀ ਬੱਦੂ ਤੇ ਇੱਕ ਦਾ ਨਾਂ ਸੀ ਰੱਤੂ। ਠੀਕ ਹੈ। ਤੇ ਜੇ ਜਿਹੜਾ ਰੱਤੂ ਸੀ ਉਹ ਜਿਵੇਂ ਈਦ ਤੇ ਜਾਂਦੇ ਨੇ ਇੱਕ ਬੁੱਢਿਆਂ ਨਾਲ ਗਿਆ। ਚਲੋ। ਤੇ ਉਦੋਂ ਉੱਧਰ ਜਿਹੜੇ ਕੋਈ ਆਪਣਾ ਇਹ ਢੋਲੇ ਢਾਲੇ ਜਾਂ ਆਉਂਦੇ ਜਾਂ ਗਾਉਣ ਗੂਣ ਵਾਲੇ ਹੁੰਦੇ ਸਨ, ਕੋਈ ਕਿਹੜਾ ਕਿਹੜਾ ਗੋਈਆ ਗੋਈਆ ਹੁੰਦਾ ਮਸ਼ਹੂਰ, ਜਿਹੜਾ ਕੋਈ ਮੇਲਿਆਂ ਮੂਲਿਆਂ 'ਤੇ ਹੁੰਦਾ ਜਾਂ ਅੱਗੇ ਪਿੱਛੇ ਸੁਣਦੇ ਹੋਵੋ ਤੁਸੀਂ ਬਚਪਨ 'ਚ ਆਪਣੇ? ਮੇਲਿਆਂ 'ਚ ਕਈ ਢਾਡੀ ਹੁੰਦੇ ਸਨ, ਕਈ ਗਾਉਣ ਵਾਲੇ, ਕਈ ਉਹ ਜਿਹੜੇ ਆਮ 'ਤੇ ਬੁਲਾਉਂਦਾ ਸੀ ਜਿਹੜਾ ਨੂਰੀ ਸੀ, ਨੂਰੀ ਕੈਂਬੋਕਾ। ਨੂਰੀ ਕੈਂਬੋਕਾ, ਇਹ ਲੋਕਾਂ ਨੂੰ ਲੜਾਉਂਦਾ ਰਹਿੰਦਾ ਸੀ। ਢੋਲੇ ਮਤਲਬ ਇਹਨੇ ਜਾਤਾਂ ਦੇ ਢੋਲੇ ਜੋੜਦਾ ਸੀ ਜ਼ਿਆਦਾ, ਜਾਤਾਂ ਦੇ ਵੀ ਫਲਾਣੇ ਦੀ ਫਲਾਣੇ ਮੱਝ ਕੱਢ ਲਈ, ਉਹਦਾ ਉਹਦਾ ਹੀ ਸਿਰਫ ਬਦਲਾ ਲਿਆ ਉਹਦਾ ਹੀ ਸਿਰਫ, ਮਤਲਬ ਉਹ ਭੜਕਾਉਂਦਾ ਸੀ ਉਹਦੇ ਜੋਸ਼ ਵਾਲੇ ਹੁੰਦੇ ਹਨ। ਤੇ ਇੱਕ ਆਉਂਦਾ ਸੀ ਫਿਰੋਜ਼ਪੁਰ ਮੱਲਿਆ ਰਾਜੀਆਂ ਚਿੱਤਵਾਂ, ਰਾਹੀ ਇੱਥੇ ਰਾਹੀ ਬੜੇ ਸਾਡੇ। ਹਾਂਜੀ ਹਾਂਜੀ। ਤੇ ਬਾਂਬਣਾ ਮੱਲਿਆ ਲੜਕਾਣਾ ਸੰਦਲ ਬਾ, ਉਹ ਸਾਰਿਆਂ ਨੂੰ ਆਖਿਆ ਵੀ ਇਕੱਠੇ ਕਰਕੇ ਗੁਰਦੁਆਰੇ ਵੜੋ, ਆਪੇ 'ਚ ਸੋਹਾਂ ਪਾਓ, ਮੁਸਲਮਾਨਾਂ ਦੇ ਪਿੰਡ ਲੁੱਟਣੇ ਵੀ ਨੇ ਤੇ ਮਾਰਨੇ ਵੀ ਨੇ। ਅੱਛਾ। ਪਿਛਾ ਜਾ ਕੇ ਜਿਹਨਾਂ ਸਾਡਾ ਨੁਕਸਾਨ ਕੀਤਾ ਉਹਨਾਂ ਨੁਕਸਾਨ ਕਰਨਾ ਵੀ ਆਪੇ ਪਿਛਾ ਜਾ ਕੇ ਕਰਨਾ। ਉੱਥੇ ਫਿਰ ਜਦੋਂ ਜਿਹਦੇ ਕੋਲ ਘੋੜੀ ਆ ਘੋੜੀ ਦੇ ਹਣੇ, ਜਿਹੜਾ ਆਪ ਜਾ ਸਕਦਾ ਆਪ ਚੱਲੇ। ਠੀਕ ਹੈ। ਤੇ ਤਿੰਨ ਕੰਮ ਕਰਨੇ ਨੇ, ਇੱਕ ਕਿਸੇ ਔਰਤ ਨੂੰ ਨਹੀਂ ਛੇੜਨਾ, ਇੱਕ ਕਿਸੇ ਨਲਾੜੀਆ ਬੱਚਾ ਨਹੀਂ ਮਾਰਨਾ, ਇੱਕ ਜਿਹੜਾ ਆਪਣਾ ਮਰ ਜਾਏ ਉਹਦਾ ਸਿਰ ਲਾ ਕੇ ਲੈ ਆਉਣਾ। ਅੱਛਾ। ਸਾਰਾ ਆ ਨਹੀਂ ਸਕਦਾ ਇੱਥੇ ਆ ਕੇ ਸਤਿਕਾਰ ਕਰ ਛੱਡਾਂਗੇ ਸਿਰ ਦਾ। ਅੱਛਾ। ਫਿਰ ਜਾਂਦੇ ਰਹੇ, ਅੱਜ ਇੱਕ ਪਿੰਡ ਮਾਰਨਾ ਹੈ, ਦੋ ਮਾਰਨਾ ਹੈ। ਅੱਛਾ। ਫਿਰ ਜਿਹੜੇ ਪਤਾ ਲੈਣ ਉਹਨਾਂ ਦੇ ਪਿੰਡ ਜਿਹੜੀ ਸੌਂਦੇ ਸਿੱਖ ਪੈਂਦੇ ਨੇ ਮਾਰ ਜਾਂਦੇ ਨੇ। ਅੱਛਾ। ਫਿਰ ਇੱਕ ਮੇਰਾ ਮੇਰਾ ਨਾਂ ਸੀ ਹਰਨਾ ਵਾਲੀ ਪਿੰਡ ਸੀ। ਅੱਛਾ ਜੀ। ਉਸ ਬੜੇ ਲੋਕ ਮਾਰੇ ਸਨ। ਅੱਛਾ। ਆਖਣ ਲੱਗੇ ਉਹਦਾ ਕੋਈ ਜੀ ਨਹੀਂ ਛੱਡਦਾ ਮੇਰੇ ਦਾ ਉਹਦਾ ਬਾਲੀ ਬੱਚਾ ਸਾਰਾ ਮਾਰਨਾ। ਉਹ ਹਰਨਾ ਵਾਲੀ ਕੌਣ ਸੀ ਬੜਾ ਬੰਦਾ ਜਿਹਨੂੰ ਪਏ ਸਨ ਜਾ ਕੇ? ਮੇਰਾ। ਅੱਛਾ। ਕੀ ਚੱਕਰ ਸੀ ਉਹਦਾ, ਕਿਉਂ ਆਉਂਦੇ ਹਨ? ਲੋਕ ਕਾਫੀ ਮਾਰੇ ਸਨ ਉਸਨੇ, ਕਾਫੀ ਨੁਕਸਾਨ ਸਿੱਖਾਂ ਦਾ ਕੀਤਾ ਸੀ। ਕੀਤਾ ਸੀ। ਅੱਛਾ। ਉਹਦਾ ਫਿਰ ਬਾਲੀ ਬੱਚਾ ਵੀ ਮਾਰ ਆਇਆ ਸਰ, ਉਹ ਨਿਕਲ ਗਿਆ ਸੀ। ਅੱਛਾ। ਉਹ ਨਿਕਲ ਗਿਆ, ਘੋੜੀ ਸੀ ਉਹਦੀ ਸਾਵੀ ਜੀ, ਉਹ ਵੀ ਲੈ ਆਇਆ ਸਰ। ਅੱਛਾ। ਠੀਕ ਹੈ। ਫਿਰ ਜਦੋਂ ਆਰਡਰ ਹੋਇਆ ਭਾਈ ਹਿੰਦੁਸਤਾਨ ਜਾਣਾ,
ਫਿਰ ਲੋਕ ਕੋਈ ਟੀ ਸ਼ਰਟ ਤੇ ਕਾਫੀ ਇਕੱਠੇ ਹੋ ਗਏ, ਕੋਈ ਕਾਫਲੇ ਲੈ ਕੇ ਤੁਰ ਪਏ ਤੇ ਸੱਚੇ ਸੌਦੇ ਦੇ ਨਾਲ ਇੱਕ ਸੁਆਹ ਲੰਘਦਾ, ਇੱਕ ਪਾਸੇ ਗੱਡੀ ਦੀ ਲੈ ਨੇ ਤੇ ਇੱਕ ਪਾਸੇ ਉਹ ਵਿੱਚੋਂ ਸੁਆਹ ਲੰਘਦਾ ਤੇ ਉਹਦੇ ਪਰਲੇ ਗੁੱਠ ਦੇ ਵਿੱਚ ਹੱਦ ਸਾਡੀ ਤੋਂ ਪਾਰ ਇੱਕ ਗੁਰਦੁਆਰਾ ਛੋਟਾ ਜਿਹਾ ਸੱਚਖੰਡ, ਹਾਂਜੀ, ਉਹ ਮੁਸਲਮਾਨ ਦੀ ਗੱਡੀ ਲੱਗੀ ਉਹਦੀ ਉੱਧਰ ਲੈਲਪੁਰੇ ਲੋ। ਅੱਛਾ ਜੀ। ਤੇ ਕਹਿੰਦੇ ਚਲੋ ਪਰਾ ਹੋ ਜਾਈਏ, ਦੁਪਹਿਰ ਢਲਦੀ ਦਾ ਟਾਈਮ ਹੈ ਤੇ ਬੰਦੇ ਗੋਲੀ ਨਾਲ ਚਲਾ ਦੇਣ। ਅਸੀਂ ਉਹ ਪਰਲੇ ਪਾਸੇ ਹੋ ਗਏ ਹਾਂ, ਕੋਠੇ ਦੇ ਬਗਰਲੇ ਪਾਸੇ ਤੇ ਸੁਆਹ ਲੰਘਦਿਆ ਸਾਰੇ ਇੰਨੀ ਗੋਲੀ ਚਲਾਈ, ਬੜੇ ਲੋਕ ਮਰੇ, ਬੜੇ ਲੋਕ ਮਰੇ। ਗੋਲੀ ਮਿਲਟਰੀ ਚਲਾਉਂਦੀ ਸੀ ਉਹ, ਗੱਡੀ ਦੇ ਵਿੱਚੋਂ ਚਲਾਉਣ, ਮਿਲਟਰੀ ਵਾਲੇ ਜੋ ਵੀ ਹੈ ਸਮਝੋ, ਠੀਕ ਹੈ। ਅੱਛਾ, ਫਿਰ ਸਾਡੇ ਜਿਹੜੇ ਫੌਜ ਵਾਲੇ ਸਨ ਫਿਰ ਸਟੇਸ਼ਨ 'ਤੇ ਡੇਰਾ ਲਾਇਆ, ਪਹਿਲਾਂ ਗੁਰਦੁਆਰੇ 'ਤੇ ਸੀ, ਠੀਕ ਹੈ। ਅਤੇ ਜਿਹੜਾ ਉੱਥੋਂ ਫਿਰ ਤੁਸੀਂ ਸੱਚੇ ਸੌਦਿਓ ਕਦ 'ਤੇ ਆਏ ਸੋਗਾ? ਅਸੀਂ ਟਰੱਕਾਂ 'ਤੇ ਆਏ ਸਾਂ। ਟਰੱਕਾਂ 'ਤੇ ਪਹਿਲਾਂ ਕਿੱਥੇ ਆਏ ਸਾਡੇ? ਹਾਂਜੀ ਬਜ਼ੁਰਗੋ, ਅਤੇ ਤੁਸੀਂ ਹੁਣ ਜਿਹੜੇ ਕੋ ਉੱਥੇ ਤੁਹਾਡੇ ਹਮ ਉਮਰ ਬੈਠੇ ਕੋ ਹੋਣ ਪਿੰਡ ਸੁਣਦੇ ਕਰਦੇ ਹੁਣ, ਬੱਦੋ ਰੱਤੇ ਵਾਲੇ ਜਾਂ ਗਰਮੂਲੇ ਜਾਂ ਮੱਤੇ ਵਿਰਕਾਂ ਦੇ, ਉਹਨਾਂ ਨੂੰ ਕੋਈ ਪੈਗਾਮ ਦੇਣਾ ਚਾਹੋ, ਕੁਝ ਆਖਣਾ ਚਾਹੋ, ਕੀ ਆਖਣਾ ਚਾਹੋਗੇ? ਕਿੰਨੇ ਕੋਈ ਯਾਦ ਆਉਂਦੇ ਨੇ ਉਹ? ਯਾਦ ਆਉਂਦੇ ਨੇ ਸਾਰੇ, ਖਿਲਰ ਪੁੱਲਰ ਗਏ ਨੇ, ਆਖਣਾ ਕੀ ਤੇ ਵਾੜਾ ਕੀ, ਕੋਈ ਕਿਤੇ ਟੁਰ ਗਿਆ, ਕੋਈ ਕਿਤੇ, ਅੱਗੋਂ ਬੱਚੇ ਨੇ ਉਹਨਾਂ ਦੀ ਉਹਨਾਂ ਮਿਲ ਜਿਹੜਾ ਹੈਗਲੇ ਡੰਗ ਰੇਡੀਓ ਬਲਵਿੰਦਰ ਸੀ ਨਾ, ਹਾਂਜੀ, ਅਤੇ ਉਹ ਮੈਨੂੰ ਕਚਹਿਰੀ ਕੋਲ ਮਿਲ ਪਿਆ, ਵਾਹਵਾ ਚਿਰ ਹੋ ਗਿਆ, ਹਾਂਜੀ, ਪਟਾਣੀ ਕਚਹਿਰੀ ਕੋਲ, ਅਤੇ ਇਸ਼ਾਰਾ ਕੀਤਾ, ਮੈਂ ਮੋਟਰਸਾਈਕਲ ਖਿਲਾਰੀ ਬਹਿ ਗਿਆ। ਮੈਂ ਕਿਹਾ ਕਿਹੜੇ ਪਿੰਡ ਦਾ ਹੈ? ਇੱਕ ਤੇੜੀ ਦਾ। ਮੈਂ ਕਿੰਨਾ ਚੋ? ਇੱਕ ਬਦਰ ਰਤੀਆ ਚੋ। ਮੈਂ ਕਿਹਦਾ ਪੁੱਤਰ ਹੈ? ਇੱਕ ਬਣਤਾ ਸਿੰਘ ਦਾ। ਮੈਂ ਕਿਹਾ ਉਹ ਸਾਡੇ ਕੋਲ ਇੱਥੇ ਪੜ੍ਹ ਕੇ ਗਿਆ, ਮੇਰੇ ਬਾਪ ਤੇਰਾ ਬਾਪ ਛੱਡ ਗਿਆ ਸੀ। ਹੁਣ ਜਿਹੜਾ ਕੋਈ ਕੋਈ ਮਿਲਦਾ ਉਹਦਾ ਪਤਾ ਨਹੀਂ, ਚਲੋ ਇੱਧਰ ਵਾਲੇ ਦੇ ਜਿਹੜੇ ਹਨ ਕਿਤੇ ਨਾ ਕਿਤੇ ਮਾੜੇ ਚੰਗੇ ਕੋਈ ਮਿਲ ਗਿਆ ਜਾਂ ਪਤਾ ਇਹਨਾਂ ਤੋਂ ਨਹੀਂ। ਮੈਂ ਪਿਛਲਿਆਂ ਦੀ ਗੱਲ ਕਰਨਾ, ਕੋਈ ਤੁਹਾਡੀ ਉਮਰ ਦਾ ਬਦੋਰ ਉੱਤੇ ਬੈਠਾ ਹੋਵੇ ਜਾਂ ਮੱਤੇ ਵਿਰਕਾਂ ਜਾਂ ਗਰਮੂਲੇ ਸੁਣਦਾ ਹੋਵੇ, ਤੁਹਾਨੂੰ ਉਹਨਾਂ ਨੂੰ ਕੀ ਆਖਣਾ ਚਾਹੋਗੇ? ਵੀ ਸ਼ੁਕਰੀਆ ਆਖਣਾ, ਹੋਰ ਕੀ ਆਖਣਾ, ਸ਼ੁਕਰੀਆ। ਅਤੇ ਜੇ ਕਿਤੇ ਮੌਕਾ ਮਿਲੇ ਤਾਂ ਕਰਤਾਰਪੁਰ ਜਾਣ ਦਾ ਜਾਂ ਕਿਤੇ ਮਿਲਣ ਦਾ, ਤਾਂ ਮਿਲੋਗੇ ਉਹਨਾਂ ਨੂੰ? ਮਿਲਾਂਗੇ, ਠੀਕ ਹੈ। ਅਤੇ ਚਲੋ ਜੇ ਕੋਈ ਉਹਨਾਂ 'ਚ ਤੁਹਾਡੇ ਨਾਲ ਰਾਬਤਾ ਗੱਲਬਾਤ ਕਰਨਾ ਚਾਹੇ ਫੋਨ 'ਤੇ, ਕਰਾਂਗੇ ਜਿਹੜੀ ਗੱਲਬਾਤ, ਇਹ ਮੈਂ ਸਾਰੀ ਜੋ ਵੀ ਤੁਹਾਡੇ ਨਾਲ ਗੱਲਬਾਤ ਕੀਤੀ ਉੱਧਰ ਭੇਜ ਦਿਆਂਗਾ, ਅਤੇ ਵੇਖ ਕੇ ਜਿਹਦਾ ਕਿਸੇ ਦਾ ਹੋਰ ਮਨ ਕਰੇਗਾ ਜੇ ਕੋਈ ਰਾਬਤਾ ਕਰੇ, ਅਤੇ ਚਲੋ ਫਿਰ ਪਰਮਾਤਮਾ ਨੇ ਚਾਹੇ ਤੁਹਾਡਾ ਜ਼ਰੂਰ ਕਰਾਂਗੇ। ਹੋ ਸਕਦਾ ਕੋਈ ਨਾ ਕੋਈ, ਅੱਜ ਕੱਲ੍ਹ ਬੜੇ ਲੋਕ ਮਿਲਣ ਡਏ।